ਰੂਪਾ ਬਾਜਵਾ ਦਾ ਨਾਵਲ ਸਾੜੀ ਸ਼ੌਫ ਦਾ 10ਵੇਂ ਭਾਗ ਦਾ ਅਗਲਾ ਹਿੱਸਾ ਉਸ ਰਾਤ ਜਦੋਂ ਰਾਮਚੰਦ ਨੇ ਕੰਪਲੀਟ ਲੈਟਰ ਰਾਈਟਰ ਪੜਨਾ ਸ਼ੁਰੂ ਕੀਤਾ ਤਾਂ ਉਹਦਾ ਬਿਲਕੁਲ ਧਿਆਨ ਨਾ ਲੱਗਾ ਉਹ ਕਲੱਬ ਸੁਸਾਇਟੀਆਂ ਵਗੈਰਾ ਵਾਲੇ ਚੈਪਟਰ ਤੇ ਪਹੁੰਚ ਗਿਆ ਸੀ ਉਹਨੇ ਕਲੱਬ ਦੀ ਫੀਸ ਅਦਾ ਕਰਨ ਬਾਰੇ ਬੇਨਤੀ ਕਰਦਾ ਪੱਤਰ ਪੜ੍ਹਨ ਦੀ ਕੋਸ਼ਿਸ਼ ਕੀਤੀ ਉਹਨੇ ਅਧਮਨੇ ਨਾਲ ਡਿਕਸ਼ਨਰੀ ਚ ਸਬਸਕ੍ਰਿਪਸ਼ਨ ਦਾ ਅਰਥ ਦੇਖਣ ਦੀ ਕੋਸ਼ਿਸ਼ ਕੀਤੀ ਇਸ ਲਿਖੇ ਗਏ ਸ਼ਬਦਾਂ ਤੇ ਉਹਦੀਆਂ ਨਜ਼ਰਾਂ ਨਹੀਂ ਸਨ ਟਿਕ ਰਹੀਆਂ ਇਹ ਨਜ਼ਰਾਂ ਹੌਲੀ-ਹੌਲੀ ਅੱਖਰਾਂ ਦੇ ਆਕਾਰ ਤੇ ਟਿਕ ਰਹੀਆਂ ਸਨ ਤੇ ਉਹਨਾਂ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਲੱਗਾ ਕਿ ਉਹਦੇ ਸਿਰ 'ਚ ਦਰਦ ਹੋਣੀ ਸ਼ੁਰੂ ਹੋ ਗਈ ਹੈ ਆਖਰਕਾਰ ਇਸ ਸ਼ਬਦ ਦਾ ਮਤਲਬ ਸਮਝਣ ਦੀ ਲੋੜ ਕੀ ਹੈ ਉਹ ਚੰਦਰ ਦੀ ਪਤਨੀ ਨੂੰ ਬੁਰੀ ਹਾਲਤ 'ਚ ਛੱਡ ਆਇਆ ਸੀ ਉਹ ਨਹੀਂ ਸੀ ਜਾਣਦਾ ਕਿ ਉਹ ਕੀ ਕਰ ਸਕਦਾ ਸੀ ਆਖਰਕਾਰ ਉਹ ਚੰਦਰ ਦੀ ਆਪਣੀ بیوی ਸੀ ਫਿਰ ਵੀ ਉਹ ਕਾਫੀ ਪਰੇਸ਼ਾਨ ਮਹਿਸੂਸ ਕਰ ਰਿਹਾ ਸੀ ਇਹਦੇ ਬਾਅਦ ਉਹ ਲਖਣ ਸਿੰਘ ਦੇ ਦੁੱਖ ਦਾ ਸਾਹਮਣਾ ਵੀ ਚੰਗੀ ਤਰ੍ਹਾਂ ਨਹੀਂ ਸੀ ਕਰ ਸਕਿਆ ਉਹ ਇਥੋਂ ਨਸ ਜਾਣਾ ਚਾਹੁੰਦਾ ਸੀ ਕਿਉਂਕਿ ਉਹ ਲਖਣ ਦੀਆਂ ਦੁਖਦਾਈ ਯਾਦਾਂ ਦਾ ਸਾਹਮਣਾ ਨਹੀਂ ਸੀ ਕਰਨਾ ਚਾਹੁੰਦਾ ਕਿਉਂ ਲੱਗਦਾ ਸੀ ਲਖਣ ਸਿੰਘ ਕਦੇ ਵੀ ਆਪਣੀ ਗੱਲ ਨੂੰ ਖਤਮ ਨਹੀਂ ਕਰੇਗਾ ਇਸ ਕਰਕੇ ਉਹਨੇ ਉਹਨੂੰ ਵਿਚੋਂ ਟੋਕ ਦਿੱਤਾ ਸੀ ਅਜੇ ਆ ਕਰਦੇ ਹੋਏ ਰਾਮਚੰਦ ਨੇ ਚਾਹ ਦਾ ਇੱਕ ਹੋਰ ਕੱਪ ਮੰਗ ਲਿਆ ਸੀ ਚਾਹ ਮੰਗਣ ਤੇ ਲਖਣ ਪਹਿਲਾਂ ਪਹਿਲ ਹੈਰਾਨ ਹੋਇਆ ਫਿਰ ਦੁਖੀ ਤੇ ਆਖਰਕਾਰ ਉਹਨੇ ਆਪਣੇ ਚਿਹਰੇ ਤੇ ਫਿਰ ਪਹਿਲਾਂ ਵਾਲਾ ਪ੍ਰਭਾਵਹੀਨ ਮੁਖਾਟਾ ਪਹਿਨ ਲਿਆ ਸੀ ਉਹ ਚੁੱਪਚਾਪ ਉੱਠ ਖੜਾ ਹੋਇਆ ਸੀ ਤੇ ਰਾਮਚੰਦ ਲਈ ਚਾਹ ਦਾ ਕੱਪ ਬਣਾਉਣ ਲਈ ਕੈਨ ਚਲਾ ਗਿਆ ਸੀ ਤੇ ਅਜੇ ਆ ਕਰਦਾ ਹੋਇਆ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋ ਗਿਆ ਠੰਡੀ ਹੋ ਚੁੱਕੀ ਬਾਕੀ ਬਚਦੀ ਹੋਈ ਚਾਹ ਨੂੰ ਰਾਮਚੰਦ ਨੇ ਕੰਬਦੇ ਹੱਥਾਂ ਨਾਲ ਆਪਣੇ ਅੰਦਰ ਸੁੱਟ ਲਿਆ ਸੀ ਹੁਣੇ ਚਾਹ ਦੇ ਪੈਸੇ ਦੇਣ ਲਈ 1 ਰੁਪਏ ਦਾ ਨੋਟ ਮੇਜ਼ ਤੇ ਰੱਖਿਆ ਸੀ ਤੇ ਕਾਲੀ ਕਾਲੀ ਬਾਹਰ ਨਿਕਲ ਗਿਆ ਸੀ ਤੇ ਜਦੋਂ ਲਖਣ ਦੇ ਟਾਬੇ ਤੋਂ ਬਾਹਰ ਨਿਕਲਿਆ ਉਦੋਂ ਵੀ ਉਹ ਭੁੱਖਾ ਹੀ ਸੀ ਤੇ ਉਹਦਾ ਇਰਾਦਾ ਕੁਝ ਹੋਰ ਖਾਣ ਤੇ ਚਾਹ ਦਾ ਇੱਕ ਹੋਰ ਕੱਪ ਪੀਣ ਦਾ ਸੀ ਲਖਣ ਦੇ ਟਾਬੇ ਤੋਂ ਬਾਹਰ ਆਉਣ ਤੋਂ ਬਾਅਦ ਕਿਸੇ ਹੋਰ ਟਾਬੇ ਜਾਂ ਰੇੜੀ ਤੇ ਜਾਣ ਦਾ ਉਹਦਾ ਮਨ ਨਹੀਂ ਸੀ ਕੀਤਾ ਚੁੱਪ-ਚੁੱਪ ਜਿਪੀਤੇ ਆਪਣੇ ਕਮਰੇ 'ਚ ਵਾਪਸ ਪਰਤ ਆਇਆ ਉਹ ਹਮੇਸ਼ਾ ਭੱਜ ਗਿਆ ਪੈਂਦਾ ਹੈ ਉਹ ਘਟੋ-ਘਟ ਸੁਣ ਕੇ ਤਸੱਲੀ ਦੇ ਕੇ ਲੋਕਾਂ ਦੇ ਦੁੱਖ ਨੂੰ ਵੰਡਾ ਕਿਉਂ ਨਹੀਂ ਸਕਦਾ ਇਸਨਾਂ ਕਿਉਂ ਹੁੰਦਾ ਹੈ ਕਿ ਉਹਦਾ ਸਾਹ ਘੁੱਟਣ ਲੱਗਦਾ ਹੈ ਉਹ ਪਰੇਸ਼ਾਨ ਹੋ ਜਾਂਦਾ ਹੈ ਉਹ ਲਾਪਰਵਾਹ ਤੇ ਸਵਾਰਥੀ ਤੇ ਬੁਜਦੇਲ ਹੈ ਇਹ ਗੱਲ ਉਹਨੇ ਲਖਣ ਸਿੰਘ ਦੇ ਨਾਂ ਖੋਜ ਤੇ ਹਮਦਰਦੀ ਉਡੀਕ ਰੇ ਚਿਹਰੇ ਤੇ ਲਿਖੀ ਹੋਈ ਸਾਫ ਪੜ ਲਈ ਸੀ ਰਾਮਚੰਦ ਬਿਸਰੇ ਤੇ ਜਾ ਡਿੱਗਿਆ ਕਿਤਾਬ ਅਜੇ ਵੀ ਉਹਦੇ ਹੱਥ ਵਿੱਚ ਸੀ ਲਖਣ ਨੂੰ ਇਹ ਗੱਲ ਕਿਵੇਂ ਸਮਝ ਆ ਸਕਦੀ ਹੈ ਕਿ ਉਹ ਇਸ ਲਈ ਉੱਥੋਂ ਤੁਰ ਆਇਆ ਸੀ ਕਿਉਂਕਿ ਉਹਨੇ ਤੁਰ ਹੀ ਆਉਣਾ ਸੀ ਕੇਕੂ ਇਹਨਾਂ ਔਖਾ ਮਹਿਸੂਸ ਕਰ ਰਿਹਾ ਸੀ ਕਿ ਉਸ ਲਈ ਸਾਹ ਲੈਣਾ ਵੀ ਔਖਾ ਸੀ। ਉਹਦੀ ਜ਼ਿੰਦਗੀ ਵੀ ਕਿੰਨੀ ਘਟਿਆ ਤੇ ਕਮੀਨੀ ਹੈ। ਜੇ ਖਬਰੇ ਉਹਦੀ ਜ਼ਿੰਦਗੀ ਘਟਿਆ ਤੇ ਕਮੀਨੀ ਨਹੀਂ ਹੈ। ਜ਼ਿੰਦਗੀ ਘਟਿਆ ਹੈ, ਘਟਿਆ ਕਮੀਨੀ ਤੇ ਬੇਮਤਲਬ। ਸਦਾ ਸ਼ਿਕਾਇਤ ਕਰਨ ਵਾਲੀ, ਸੀਮਤ, ਡਰੀ ਹੋਈ, ਬਿਮਾਰ 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 ਤੇ ਉਹ ਵੀ ਉਸੇ ਤਰ੍ਹਾਂ ਦਾ ਹੀ ਹੈ। ਰਾਮਚੰਦ ਨੇ ਸੋਚਿਆ ਕਿ ਜਿਉਂਦੇ ਰਹਿਣ ਦਾ ਮਤਲਬ ਘਟਿਆ ਹੋਣਾ ਹੈ। ਉਹਦੇ ਪੇਟ 'ਚ ਗੈਸ ਨਾਲ ਦਰਦ ਹੋਣ ਲੱਗ ਗਿਆ। ਆਖਰਕਾਰ ਜ਼ਿੰਦਗੀ ਦਾ ਮਤਲਬ ਤੁਹਾਡੇ ਆਪਣੇ ਜੀਵਨ ਤੱਕ ਹੀ ਸੀਮਤ ਨਹੀਂ ਹੈ ਨਵੀਆਂ ਗੱਲਾਂ ਸਿੱਖਣ ਦੀ ਕੋਸ਼ਿਸ਼ ਕਰਨ ਆਪਣੇ ਮਨ ਦੀ ਜ਼ਿੰਦਗੀ ਦਾ ਵਿਕਾਸ ਕਰਨ ਆਪਣੀਆਂ ਕੰਧਾਂ ਤੇ ਸਫੈਦੀ ਕਰਨ ਦਾ ਕੀ ਮਤਲਬ ਹੈ ਜਦੋਂ ਕਿ ਹੋਰ ਬਹੁਤ ਸਾਰੇ ਲੋਕ ਟਹਿ ਢੇਰੀ ਹੋ ਰਹੇ ਕਮਰਿਆਂ ਚ ਕੁੱਟ ਖਾਣ ਤੋਂ ਬਾਅਦ ਗੁੱਛਾ ਮੁੱਛਾ ਹੋਏ ਬੈਠੇ ਹਨ ਜਾਂ ਫਿਰ ਉਹਨਾਂ ਦੀਆਂ ਐਸੀ ਕਮਰਿਆਂ ਵਰਗੀਆਂ ਹਨੇਰੀਆਂ ਤੇ ਗਹਿਰੀਆਂ ਯਾਦਾਂ ਹਨ ਜਿਨ੍ਹਾਂ ਦੇ ਦਰਵਾਜ਼ੇ ਤੇ ਖਿੜਕੀਆਂ ਨਹੀਂ ਹਨ ਤੇ ਜਿਨ੍ਹਾਂ ਕਮਰਿਆਂ ਚੋਂ ਕਦੇ ਬਾਹਰ ਨਹੀਂ ਨਿਕਲ ਸਕਦੇ ਰਾਮਚੰਦ ਨੇ ਖੱਤ ਲਿਖਣ ਵਾਲੀ ਕਿਤਾਬ ਫੇਰ ਖੋਲੀ ਤੇ ਪੂਰੇ ਧਿਆਨ ਨਾਲ ਇਹਨੂੰ ਪੜਨ ਲੱਗਾ। ਅਜਿਹਾ ਕਰਦੇ ਹੋਏ ਉਹਨੇ ਆਪਣੇ ਮਨ ਵਿੱਚੋਂ ਬਾਕੀ ਦੀ ਹੋਰ ਸੋਚ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਬਾਕੀ ਦੀਆਂ ਸੋਚਾਂ ਉਹਦੇ ਦਿਮਾਗ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੀਆਂ ਰਹੀਆਂ। ਰਾਮਚੰਦ ਕਿਤਾਬ ਦੇ ਸ਼ਬਦਾਂ ਨੂੰ ਬੇਬਸੀ ਨਾਲ ਪੜਦਾ ਰਿਹਾ। ਉਹਨੇ ਸਾਰਾ ਖੱਤ ਇੱਕੋ ਵਾਰੀ ਪੜ ਲਿਆ। ਪੜਨ ਤੋਂ ਬਾਅਦ ਰਾਮਚੰਦ ਨੇ ਹੋਕਾ ਭਰਿਆ, ਉੱਠ ਕੇ ਬੈਠਾ ਤੇ ਇਸ ਵਿੱਚਲੇ ਕੁਝ ਸ਼ਬਦਾਂ ਦੇ ਅਰਥ ਪਤਾ ਕਰਨ ਲਈ ਡਿਕਸ਼ਨਰੀ ਦੇਖਣ ਲੱਗਾ। ਡਿਕਸ਼ਨਰੀ 'ਚ ਲਿਖੇ ਹੋਏ ਅੱਖਰਾਂ ਨੂੰ ਉਹ ਬੇਮਤਲਬ ਹੀ ਪੜਦਾ ਰਿਹਾ। ਉਹਨੇ ਹੌਕਾ ਪਰਿਆ, ਲਿਖੇ ਹੋਏ ਅਰਥਾਂ ਨਾਲ ਉਹਦੀ ਕੋਈ ਤਸੱਲੀ ਨਹੀਂ ਸੀ ਹੋਈ। ਅਗਲਾ ਪੈਰਾ ਪੜਦੇ ਹੋਏ ਉਹਨੇ ਸੋਚਿਆ ਕਿ ਜੇ ਉਹਦੇ ਹੱਥ ਉਹਦੇ ਪਿੱਛੇ ਬੰਨੇ ਹੋਏ ਹੋਣ ਤੇ ਉਹ ਜਾਣਦਾ ਹੋਵੇ ਕਿ ਉਸ ਰਾਮਚੰਦ ਨੂੰ ਗੋਲੀ ਮਾਰੀ ਜਾ ਰਹੀ ਹੋਵੇ ਤਾਂ ਕਿਵੇਂ ਮਹਿਸੂਸ ਕਰੇਗਾ। ਅਗਲਾ ਪੈਰਾ ਪੜਦੇ ਹੋਏ ਉਹਨੇ ਪੌਂਡ ਸ਼ਬਦ ਨੂੰ ਨੋਟ ਕੀਤਾ ਤੇ ਨਿਰਾਸ਼ਾ ਨਾਲ ਹੀ ਸੋਚਿਆ ਕਿ ਰੱਬ ਜਾਣੇ ਕੀ ਹੁੰਦਾ ਹੈ। ਇਸ ਤੋਂ ਬਾਅਦ ਉਹਨੇ ਕਿਤਾਬ ਬੰਦ ਕਰਕੇ ਮੇਜ਼ ਤੇ ਰੱਖ ਦਿੱਤੀ। ਉਹਦੇ ਅੰਦਰ ਜਿਹੜਾ ਗੁੱਸਾ ਉੱਬਲ ਰਿਹਾ ਸੀ ਉਹ ਸ਼ਾਂਤ ਹੋਣ ਦਾ ਨਾਂ ਨਹੀਂ ਸੀ ਲੈ ਰਿਹਾ। ਆਖਰਕਾਰ ਉਹਨੇ ਆਪਣੀ ਕਿਤਾਬ, ਪੈਨ ਤੇ ਕਾਪੀ ਇੱਕ ਪਾਸੇ ਰੱਖ ਦਿੱਤੇ ਤੇ ਕਈ ਹਫ਼ਤਿਆਂ ਤੋਂ ਬਾਅਦ ਇਹ ਪਹਿਲਾ ਦਿਨ ਸੀ ਜਦੋਂ ਸਾਰੀ ਸ਼ਾਮ ਬਿਸਤਰੇ 'ਚ ਲੰਮੇ ਪਿਆ, ਛੱਤ ਵੱਲ ਝਾਕਦਿਆਂ ਬਿਤਾਈ ਸੀ। ਅਗ 11ਵਾਂ ਅਗਲੇ ਦਿਨ ਐਤਵਾਰ ਰਾਮਚੰਦ ਨੇ ਪਿਛਲੀ ਖਿੜਕੀ ਖੋਲ ਲਈ ਸੀ ਤੇ ਟਰੰਕ ਤੇ ਬੈਠ ਕੇ ਲੇਖਾਂ ਵਾਲੀ ਕਿਤਾਬ ਪੱਟਾਂ 'ਚ ਰੱਖ ਕੇ ਖਿੜਕੀ 'ਚੋਂ ਬਾਹਰ ਚਾਹ ਕਰ ਰਿਹਾ ਸੀ। ਉਹਨੇ ਆਪਣੇ ਆਪ ਨੂੰ ਸਖਤੀ ਨਾਲ ਕਿਹਾ ਕਿ ਉਹ ਹੁਣ ਆਪਣੇ ਆਪ ਨੂੰ ਉਦਾਸ ਨਹੀਂ ਹੋਣ ਦੇਵੇਗਾ। ਸੰਸਾਰ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਹੀ ਹੈ ਤੇ ਕੋਈ ਕਾਰਨ ਨਹੀਂ ਕਿ ਉਹ ਨੂੰ ਸੰਸਾਰ ਸਦਕਾ ਲਿਖਣਾ ਤੇ ਪੜ੍ਹਨਾ ਸਿੱਖਣਾ ਬੰਦ ਕਰ ਦੇਣਾ ਚਾਹੀਦਾ। ਉਹ ਰਾਮਚੰਦ ਇਸ ਤਰ੍ਹਾਂ ਅਹਮ ਕਾਨਾ ਢੰਗ ਨਾਲ ਲੰਮੇ ਪਿਆਰ ਰਹਿ ਕੇ ਕੁਝ ਵੀ ਨਹੀਂ ਸੁਧਾਰ ਸਕੇਗਾ। ਉਨੇ ਆਪਣੇ ਆਪ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਪਰ ਉਹਦਾ ਮਨ ਕਿਤਾਬ ਤੇ ਨਾ ਲੱਗਾ ਦੁਪਹਿਰ ਤੋਂ ਬਾਅਦ ਦਾ ਸਮਾਂ ਸੀ ਪਰ ਛਾਵੇਂ ਲੰਬੇ ਹੋ ਰਹੇ ਸਨ ਤੇ ਸ਼ਾਮ ਦੀ ਠੰਡ ਹੁਣੀ ਹਵਾ 'ਚ ਮਹਿਸੂਸ ਹੋਣ ਲੱਗ ਪਈ ਸੀ ਵੇੜੇ 'ਚ ਮਕਾਨ ਮਾਲਕ ਚਾਰਪਾਈ ਤੇ ਸੁੱਤਾ ਪਿਆ ਸੀ ਉਹਦੇ ਚਿਹਰੇ ਤੇ ਸੁਦਾ ਦੀ ਨੀਲੇ ਰੰਗ ਦੀ ਚੁੰਨੀ ਲਈ ਹੋਈ ਸੀ ਰਾਮਚੰਦ ਇਸ ਚੁੰਨੀ ਨੂੰ ਪਛਾਣਦਾ ਸੀ ਤੇ ਉਹਨੂੰ ਚੰਗੀ ਲੱਗਦੀ ਸੀ ਉਹ ਬੜੇ ਨਰਮ ਸੂਤੀ ਕੱਪੜੇ ਦੀ ਬਣੀ ਹੋਈ ਸੀ ਤੇ ਇਹਦੇ ਨਿੱਕੇ ਨਿੱਕੇ ਪੀਲੇ ਫੁੱਲਾਂ ਦਾ ਛਾਪਾ ਸੀ। ਉਹ ਅਕਸਰ ਇਹ ਚੁੰਨੀ ਲਿਆ ਕਰਦੀ ਸੀ। ਸੁਦੈ ਇੱਕ ਕੋਨੇ 'ਚ ਬੈਠੀ ਸੀ। ਉਹਦੇ ਦਿਨ ਭਰ ਦੇ ਕੰਮ ਖਤਮ ਹੋ ਚੁੱਕੇ ਸਨ। ਰਾਤ ਦਾ ਖਾਣਾ ਪਕਾ ਲਿਆ ਹੋਇਆ ਸੀ ਜਿਹਨੂੰ ਸਿਰਫ ਗਰਮ ਕਰਕੇ ਖਾਣਾ ਹੀ ਬਾਕੀ ਸੀ ਤੇ ਉਹ ਸਰਿਤਾ ਦੇ ਪੰਨੇ ਪਲਟ ਰਹੀ ਸੀ। ਵਿਸ਼ਨੂੰ ਤੇ ਹਲਕਾ ਸਕੂਲ ਦਾ ਕੰਮ ਕਰਨ 'ਚ ਰੁੱਝੇ ਹੋਏ ਸਨ ਤੇ ਵਿੱਚ ਵਿਚਾਲੇ ਕਿਤੇ ਰਬੜ ਜਾਂ ਪੈਨਸਲ ਲਈ ਲੜ ਪੈਂਦੇ ਸਨ। ਮਨੋਜ ਰਾਮਚੰਦ ਦੀ ਖਿੜਕੀ ਦੇ ਹੇਠਾਂ ਬੈਠਾ ਸੀ। ਉਹਦੇ ਕੋਲ ਹੀ ਰੰਗਦਾਰ ਪੈਨਸਲਾਂ ਦਾ ਡੱਬਾ ਖੁੱਲਾ ਪਿਆ ਸੀ। ਉਹਨੇ ਇੱਕ ਤਸਵੀਰ ਬਣਾਈ ਸੀ ਤੇ ਬਾਕੀ ਦੇ ਸੰਸਾਰ ਤੋਂ ਨਿਰਲੇ ਬੈਠਾ ਇਸ ਤਸਵੀਰ 'ਚ ਰੰਗ ਭਰ ਰਿਹਾ ਸੀ। ਉਹ ਹਰ ਵਿਸ਼ੇ 'ਚ ਸਭ ਤੋਂ ਵਧ ਨੰਬਰ ਹਾਸਲ ਕਰ ਲੈਣੇ ਚਾਹੁੰਦਾ ਸੀ। ਇਸ ਲਈ ਰੰਗਾਂ ਨੂੰ ਕਦੇ ਵੀ ਲਾਈਨਾਂ ਤੋਂ ਬਾਹਰ ਨਹੀਂ ਸੀ ਜਾਣ ਦਿੰਦਾ। ਰਾਮਚੰਦ ਨੇ ਮਨੋਜ ਦੇ ਪੱਟਾਂ 'ਚ ਪਈ ਡਰਾਇੰਗ ਸ਼ੀਟ ਦੇਖੀ। ਉਹ ਹਰ ਵਾਰੀ ਕੋਈ ਤਸਵੀਰ ਬਣਾਇਆ ਕਰਦਾ ਸੀ ਕਿਉਂਕਿ ਉਹਨੂੰ ਇੱਕੋ ਹੀ ਤਸਵੀਰ ਸਕੂਲ 'ਚ ਸਿਖਾਈ ਗਈ ਸੀ ਮਨੋਜ ਕਦੇ ਵੀ ਨਵੀਂ ਤਸਵੀਰ ਨਹੀਂ ਸੀ ਬਣਾਉਂਦਾ ਉਹਦੇ ਹੱਥ ਬਾਰ-ਬਾਰ ਇੱਕੋ ਹੀ ਤਸਵੀਰ ਬਣਾਉਂਦੇ ਰਹਿੰਦੇ ਸਨ ਉਹੀ ਪਹਿਲਾਂ ਵਾਲੀ ਪੁਰਾਣੀ ਜਿਹੜੀ ਉਹਨੂੰ ਸਿਖਾਈ ਗਈ ਸੀ ਤੇ ਜਿਹਨੂੰ ਬਣਾ ਕੇ ਉਹ ਸਭ ਤੋਂ ਵੱਧ ਨੰਬਰ ਲੈ ਲੈਂਦਾ ਸੀ ਸ਼ੀਟ ਦੇ ਅੱਧ ਵਿੱਚ ਘਾਰ ਸਿੱਧੀ ਲਕੀਰ ਖਿੱਚ ਕੇ ਦਿਸਾਦਾ ਬਣਾ ਦਿੱਤਾ ਜਾਂਦਾ ਜਿਹਦੇ ਉੱਪਰਲੇ ਅੱਧ 'ਚ ਪਹਾੜ ਬਣਾਏ ਜਾਂਦੇ ਇਹ ਤਿਕੋਣਾ ਵਰਗੇ ਪਹਾੜ ਉਹ ਫੁੱਟੇ ਦੀ ਸਹਾਇਤਾ ਨਾਲ ਬਣਾਉਂਦਾ ਜਿਵੇਂ ਕਿ ਆਈਸਕ੍ਰੀਮ ਦੀਆਂ ਉਹਨਾਂ ਪੁੱਠੀਆਂ ਰੱਖ ਦਿੱਤੀਆਂ ਗਈਆਂ ਹੋਣ। ਇਸ ਤੋਂ ਬਾਅਦ ਉਹ ਝੌਂਪੜੀ ਬਣਾਉਂਦਾ। ਇਹ ਬਕਸੇ ਵਰਗੀ ਹੁੰਦੀ ਜਿਸ ਦੀ ਇੱਕ ਖਿੜਕੀ ਢਾਲਵੇਂ ਛੱਤ ਤੇ ਇੱਟਾਂ ਦੀ ਚਿਮਨੀ ਵਾਈ ਹੁੰਦੀ। ਇੱਕ ਪਾਸੇ ਇੱਕ ਲੰਬਾ ਟਾਹਣੀਆਂ ਵਾਲਾ ਦਰਖਤ ਹੁੰਦਾ ਤੇ ਹੇਠਾਂ ਨੀਲੇ ਰੰਗ ਦੀ ਕਪਟੀ ਦੇ ਰੂਪ ਚ ਦਰਿਆ ਬਣਾਇਆ ਗਿਆ ਹੁੰਦਾ। ਅਖੀਰ 'ਚ ਉਹ ਅਸਮਾਨ 'ਚ ਸੂਰਜ ਵੀ ਬਣਾਉਂਦਾ। ਇੱਕ ਸਾਦਾ ਜਿਹਾ ਗੋਲਾ ਹੁੰਦਾ ਜਿਸ 'ਚੋਂ ਦੀ ਵਾਰੀ-ਵਾਰੀ ਸਿਰ ਲੰਬੀਆਂ ਤੇ ਛੋਟੀਆਂ ਕਿਰਨਾਂ ਫੁੱਟ ਰਹੀਆਂ ਹੁੰਦੀਆਂ। ਇਸ ਡਰਾਇੰਗ ਦਾ ਇੱਕੋ ਇੱਕ ਮਾਨਵੀ ਸੰਕੇਤ ਇਹ ਹੁੰਦਾ ਸੀ ਕਿ ਮਨੋਜ ਅਕਸਰ ਸ਼ੁਰੂ 'ਚ ਸੂਰਜ ਵਾਣਾ ਭੁੱਲ ਜਾਂਦਾ ਸੀ ਜਿਸ ਕਰਕੇ ਉਹਨੂੰ ਇਸ ਅਸਮਾਨ ਦੇ ਉੱਤੇ ਬਣਾਉਣਾ ਪੈਂਦਾ ਸੀ ਉਹ ਵੀ ਉਦੋਂ ਜਦੋਂ ਬਾਕੀ ਦੀ ਡਰਾਇੰਗ ਮੁਕੰਮਲ ਹੋ ਕੇ ਇਸ 'ਤੇ ਰੰਗ ਭਰ ਦਿੱਤੇ ਜਾਂਦੇ ਸੀ ਤੇ ਜਦੋਂ ਸੂਰਜ ਨੂੰ ਪੀਲੇ ਰੰਗ ਨਾਲ ਭਰਦਾ ਤਾਂ ਸੂਰਜ ਦਾ ਪੀਲਾ ਰੰਗ ਹੇਠਾਂ ਵਾਹੀ ਹੋਏ ਅਸਮਾਨ ਦੇ ਨੀਲੇ ਰੰਗ ਨਾਲ ਰਲ ਜਾਂਦਾ ਇਸ ਨਾਲ ਸੂਰਜ ਦਾ ਰੰਗ ਦੋ ਰੰਗਾ ਤੇ ਹਲਕਾ ਜਿਹਾ ਨੀਲਾ ਹੋ ਜਾਂਦਾ ਜਿਵੇਂ ਰਤਾ ਕੋ ਬਿਮਾਰ ਸੂਰਜ ਹੋਵੇ ਜਿਵੇਂ ਆਪਣੀ ਖੇਤ ਲਈ ਚਮਕੀਲੇ ਰੰਗਦਾਰ ਸੰਸਾਰ ਦੇ ਉੱਤੇ ਹੁਣੀ ਉਬਕਾਈ ਕਰਨ ਵਾਲਾ ਹੋਵੇ ਰਾਮਚੰਦ ਹੁਣ ਤੱਕ ਫੈਸਲਾ ਕਰ ਚੁੱਕਾ ਸੀ ਕਿ ਖਤਾਂ ਦਾ ਕੋਈ ਲਾਭ ਨਹੀਂ ਹੋਣਾ ਹੋਣ ਵਾਲਾ ਫਿਰ ਵੀ ਕਿਤਾਬ ਦਾ ਇੱਕ ਹਿੱਸਾ ਉਹਨੂੰ ਬਹੁਤ ਹੀ ਚੰਗਾ ਤੇ ਭਵਿੱਖ ਚ ਲਾਏ ਬੰਦ ਹੋ ਸਕਣ ਵਾਲਾ ਲੱਗਾ ਸੀ ਇੱਕ ਐਸਾ ਪੰਨਾ ਸੀ ਜਿਦੇ ਖਤ ਸ਼ੁਰੂ ਕਰਨ ਲਈ ਵਰਤੇ ਜਾਣ ਵਾਲੇ ਫਿਕਰੇ ਲਿਖੇ ਹੋਏ ਸਨ ਇਹਨਾਂ 'ਚ ਬਹੁਤ ਸਾਰੇ ਫਿਕਰੇ ਸਨ ਮੈਂ ਤੁਹਾਡਾ ਬੜਾ ਦੇਨਦਾਰ ਹਾਂ ਤੁਹਾਡੀ ਬੜੀ ਮਿਹਰਬਾਨੀ ਹੈ ਮੈਨੂੰ ਇਹ ਕਹਿੰਦੇ ਆਫਸੋਸ ਹੈ ਤੁਹਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਬੜੀ ਖੁਸ਼ੀ ਨਾਲ ਮੈਨੂੰ ਇਹ ਕਹਿਣਾ ਪੈਣਾ ਹੈ ਮਗਰਲੇ ਦੋ ਫਿਕਰੇ ਉਹਨੂੰ ਖਾਸ ਤੌਰ ਤੇ ਪਸੰਦ ਸਨ ਉਹਨੇ ਕਲਪਨਾ ਕੀਤੀ ਕਿ ਉਹ ਮਹਾਜਨ ਕੋਲ ਜਾਏਗਾ ਤੇ ਦੋਵਾਂ ਫਿਕਰਿਆਂ ਨੂੰ ਜੋੜਦੇ ਹੋਏ ਕਹੇਗਾ ਬੜੀ ਖੁਸ਼ੀ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਤੂੰ ਬੜਾ ਭੜਾ ਮੋٹے ਚਿਹਰੇ ਵਾਲਾ ਕੰਜੂਸ ਸਵਾਰਥੀ ਸੂਰ ਹੈ ਜਿਹਦੀ ਬੀਵੀ ਸੱਚਮੁੱਚ ਹੀ ਇਸ ਸੰਸਾਰ ਦੀ ਮਨਦਭਾਗੀ ਤੇ ਦੁਖੀ ਔਰਤ ਹੋਏਗੀ ਜਦ ਫਿਰ ਉਹ ਇਸੇ ਤਰ੍ਹਾਂ ਦੇ ਕੁਝ ਹੋਰ અપਮਾਨਜਨਕ ਸ਼ਬਦ ਬੋਲੇਗਾ ਜਿੰਨੇ ਜ਼ਿਆਦਾ ਅਜੀਬ ਤਰੀਕੇ ਦੇ ਵੱਡੇ-ਵੱਡੇ ਤੇ ਰਸਮੀ ਵਾਕ ਹੁੰਦੇ ਉਨਾਂ ਹੀ ਜ਼ਿਆਦਾ ਰਾਮਚੰਦ ਉਹਨਾਂ ਨੂੰ ਪਸੰਦ ਕਰਦਾ ਇਹਨਾਂ ਨੂੰ ਚੇਤੇ ਕਰਨ ਦੀ ਕੋਸ਼ਿਸ਼ ਕਰਦਾ ਤੇ ਜਦੋਂ ਚੇਤੇ ਨਾ ਕਰ ਸਕਦਾ ਤਾਂ ਉੱਚੀ-ਉੱਚੀ ਬਿਨਾਂ ਰੁਕਿਆ ਇਹਨਾਂ ਨੂੰ ਪੜਨ ਦੀ ਕੋਸ਼ਿਸ਼ ਕਰਦਾ ਪਰ ਇਹਦੇ باوجود ਉਹਨੇ ਇਹ ਫੈਸਲਾ ਕਰ ਲਿਆ ਸੀ ਕਿ ਖਤ ਲਿਖਣ ਵਾਲੀ ਕਿਤਾਬ ਦਾ ਕੋਈ ਬਹੁਤਾ ਲਾਭ ਨਹੀਂ ਹੋਣਾ ਉਨੇ ਬੜੇ ਸਿਆਣਪ ਨਾਲ ਸੋਚਿਆ ਕਿ ਉਹਨੂੰ ਸਿਰਫ ਇਹਸ ਕਰਕੇ ਇਸ ਕਿਤਾਬ ਤੇ ਨਹੀਂ ਭਰਮ ਜਾਣਾ ਚਾਹੀਦਾ ਕਿ ਅੰਗਰੇਜ਼ੀ 'ਚ ਹੈ ਬਹੁਤ سارے ਖੱਤ ਤਾਂ ਵਿਲੜ ਤੇ ਬੇਮਤਲਬ ਲੋਕਾਂ ਵੱਲੋਂ ਉਸੇ ਤਰ੍ਹਾਂ ਦੇ ਲੋਕਾਂ ਨੂੰ ਲਿਖੇ ਗਏ ਪ੍ਰਤੀਤ ਹੁੰਦੇ ਹਨ ਇਹ ਉਸੇ ਤਰ੍ਹਾਂ ਦੇ ਲੋਕ ਹਨ ਜਿਸ ਤਰ੍ਹਾਂ ਦੇ ਗਾਹਕ ਉਹਦੀ ਦੁਕਾਨ ਤੇ ਆਉਂਦੇ ਹਨ ਤੇ ਰਾਮਚੰਦ ਉਹਨਾਂ ਬਾਰੇ ਹੋਰ ਕੁਝ ਵੀ ਜਾਣਨਾ ਨਹੀਂ ਸੀ ਚਾਹੁੰਦਾ ਕਿਸੇ ਭਾਸ਼ਾ ਵਿੱਚ ਵੀ ਨਹੀਂ ਉਹ ਪਹਿਲਾਂ ਹੀ ਕਾਫੀ ਕੁਝ ਜਾਣਦਾ ਸੀ ਇੱਕ ਦਿਨ ਸ਼ਾਮ ਤੇ ਰਜੇਸ਼ ਸਦਾ ਵਾਂਗ ਮੁਸਕਰਾਉਂਦੇ ਹੋਏ ਇਕੱਠੇ ਆਏ ਉਹ ਜਾਂ ਤਾਂ ਮੰਦਿਰ ਗਏ ਸੀ ਜਾਂ ਫਿਰ ਕਿਸੇ ਪੂਜਾ ਵਿੱਚ ਉਹਨਾਂ ਦੇ ਮੱਥਿਆਂ ਤੇ ਲੰਬੇ ਤਿਲਕ ਲੱਗੇ ਹੋਏ ਸਨ ਸ਼ਾਮ ਦੇ ਹੱਥਾਂ 'ਚ ਮਠਿਆਈ ਤੇ ਤਿੰਨ ਇੱਕੋ ਜਿਹੇ ਡੱਬੇ ਫੜੇ ਹੋਏ ਸਨ ਜਿਨ੍ਹਾਂ ਤੇ ਬਾਂਸਲ ਸਵੀਟ ਸ਼ਾਪ ਲਿਖਿਆ ਹੋਇਆ ਸੀ ਬਾਂਸਲ ਸਵੀਟ ਸ਼ਾਪ ਬਹੁਤ ਦੂਰ ਲਾਰੈਂਸ ਰੋਡ ਤੇ ਹੈ ਇਹ ਅੰਮ੍ਰਿਤਸਰ ਦੀਆਂ ਸਭ ਤੋਂ ਮਹਿੰਗੀਆਂ ਮਠਿਆਈ ਦੀਆਂ ਦੁਕਾਨਾਂ ਵਿੱਚੋਂ ਇੱਕ ਸੀ ਉਦੋਂ ਵੀ ਸਿੱਧੇ ਮਹਾਜਨ ਕੋਲ ਗਏ ਤੇ ਦੋ ਡੱਬੇ ਉਹਨੂੰ ਦਿੰਦੇ ਹੋਏ ਕੁਝ ਗੱਲਾਂ ਕਈਆਂ ਜਿਨ੍ਹਾਂ ਨੂੰ ਕੋਈ ਵੀ ਸੁਣ ਨਾ ਸਕਿਆ ਪਰ ਉਹਨਾਂ ਦੀ ਮੁਸਕਰਾਟਾਂ ਹਰ ਇੱਕ ਨੂੰ ਦਿਖਾਈ ਦੇ ਰਹੀਆਂ ਸਨ ਮਹਾਜਨ ਵੀ ਮੁਸਕਰਾਇਆ ਉਹ ਬਹੁਤ ਹੀ ਘੱਟ ਮੁਸਕਰਾਉਂਦਾ ਸੀ ਜਿਸ ਕਰਕੇ ਉਹਨੂੰ ਅਜੇਆ ਕਰਨ ਦਾ ਤਜਰਬਾ ਨਹੀਂ ਸੀ ਰਹਿ ਗਿਆ ਹਰੀ ਬਹੁਤ ਉਤਸੁਕ ਸੀ ਉਹ ਹੈਰਾਨੀ ਨਾਲ ਕਹਿਣ ਲੱਗਾ ਦੇਖੋ ਮਹਾਜਨ ਮੁਸਕਰਾ ਰਿਹਾ ਹੈ ਸ਼ੀ ਗੋਕਲ ਤੇ ਰਾਮਚੰਦ ਨੇ ਇਕੱਠਿਆਂ ਹੀ ਉਹਨੂੰ ਟੋਕਿਆ ਰਾਮਚੰਦ ਕਹਿਣ ਲੱਗਾ ਮੈਨੂੰ ਲੱਗਦਾ ਉਹ ਕਿਸੇ ਗੱਲ ਦੀ ਖੁਸ਼ੀ ਮਨਾ ਰਿਹਾ ਹੈ ਗੋਕਲ ਨੇ ਟੀਚਰ ਕਰਦੇ ਕਿਹਾ ਵਾਹ ਆਰਾਮਚੰਦ ਤੂੰ ਕਿੰਨਾ ਸਿਆਣਾ ਹੈ ਮੈਂ ਤਾਂ ਕਦੇ ਸੋਚ ਵੀ ਨਹੀਂ ਸੀ ਸਕਣਾ ਹਰੀ ਹੱਸਿਆ ਤੇ ਕਹਿਣ ਲੱਗਾ ਖਬਰੇ ਕੱਲ ਰਾਤ ਭਗਵਾਨ ਬਰਮਾ ਜੀ ਸਵਰਗ ਤੋਂ ਹੇਠਾਂ ਉਤਰ ਤੇ ਆਏ ਹੋਣਗੇ ਉਹਨਾਂ ਆਖਰਕਾਰ ਮਹਾਜਨ ਨੂੰ ਇੱਕ ਸੱਚਮੁੱਚ ਦਾ ਮਨੁੱਖੀ ਦਿਲ ਦੇ ਦਿੱਤਾ ਹੋਵੇਗਾ ਸ਼ਾਇਦ ਇਸੇ ਗੱਲ ਦੀ ਉਹ ਖੁਸ਼ੀ ਮਨਾ ਰਹੀ ਹੈ ਰਾਮਚੰਦ ਇਸ ਗੱਲ ਤੇ ਮੁਸਕਰਾਉਣੋਂ ਨਾ ਰਹਿ ਸਕਿਆ ਚੰਦਰ ਉਹਨਾਂ ਦੇ ਕੋਲ ਹੀ ਬੈਠਾ ਸੀ ਪਰ ਉਹਨੇ ਸਾਰੇ ਸਮੇਂ ਦੌਰਾਨ ਕੁਝ ਵੀ ਨਾ ਕੀਤਾ ਤੇ ਉਹ ਖਿੜਕੀ ਤੋਂ ਬਾਹਰ ਉਦਾਸੀ ਭਰੀ ਤੱਕਣੀ ਨਾਲ ਝਾਕਦਾ ਰਿਹਾ ਫਿਰ ਸ਼ਾਮ ਤੇ ਰਾਜੇਸ਼ ਉੱਥੇ ਆਈ ਜਿੱਥੇ ਦੁਕਾਨ ਦੇ ਬਾਕੀ ਕਰੰਦੇ ਬੈਠੇ ਹੋਏ ਸਨ ਸ਼ਾਮ ਨੇ ਬਾਕੀ ਬਚਦੇ ਤੀਜੇ ਡੱਬੇ ਦਿਵਾਲੇ ਬੰਨਿਆ ਹੋਇਆ ਧਾਗਾ ਖੋਲਿਆ ਉਹਨੇ ਡੱਬਾ ਖੋਲਿਆ ਤੇ ਸਭ ਦੇ ਸਾਹਮਣੇ ਕੀਤਾ ਇਹ ਸੱਚ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਬਰਫੀ ਦੇ ਟੁਕੜੇ ਪਏ ਸਨ ਕਹਿਣ ਲੱਗੇ ਲਓ ਮਠਿਆਈ ਖਾਓ ਗੋਕਲ ਨੇ ਕਿਹਾ ਪਹਿਲਾਂ ਸਾਨੂੰ ਚੰਗੀ ਖਬਰ ਦੱਸ ਉਹ ਤੋਂ ਬਾਅਦ ਹੀ ਅਸੀਂ ਲਵਾਂਗੇ ਸ਼ਾਮ ਨੇ ਕਿਹਾ ਤੈਨੂੰ ਪਤਾ ਹੈ ਮੇਰੀ ਬੇਟੀ ਪਰਮਾਤਮਾ ਦੀ ਮਿਹਰ ਨਾਲ 18 ਸਾਲ ਦੀ ਹੋ ਗਈ ਹੈ ਉਹ ਛੇਤੀ ਰਾਜੇਸ਼ ਦੀ ਨੂੰਹ ਬਣਨ ਵਾਲੀ ਹੈ ਗੋਕਲ ਨੇ ਬਰਫੀ ਦਾ ਟੁਕੜਾ ਮੂੰਹ 'ਚ ਪਾਉਂਦੇ ਹੋਏ ਨਕਲੀ ਗੁੱਸਾ ਦਿਖਾਉਂਦੇ ਕਿਹਾ ਇਹ ਕੀ ਧੋਖੇबाजी ਹੈ ਤੁਸੀਂ ਸਾਰਾ ਕੰਮ ਸਿਰੇ ਚੜ ਲਿਆ ਤੇ ਸਾਨੂੰ ਹੁਣ ਦੱਸ ਰਹੇ ਹੋ ਤੁਸੀਂ ਸਾਨੂੰ ਬਹੁਤ ਨੇੜੇ ਨਹੀਂ ਸਮਝ ਰਹੇ ਰਾਜੇਸ਼ ਹੱਸਿਆ ਤੇ ਉਹਨੇ ਆਪਣੀਆਂ ਬਾਹਾਂ ਗੋਕਲ ਦੇ ਮੋਢੇ ਦੇ ਵਾਲੇ ਵੱਲ ਲਈਏ ਅਰੇ ਭਾਈ ਅਸੀਂ ਕੁਝ ਨਹੀਂ ਕੀਤਾ ਕੋਈ ਫੰਕਸ਼ਨ ਨਹੀਂ ਸਿਰਫ ਪੂਜਾ ਕੀਤੀ ਹੈ ਅਸੀਂ ਉਹਨਾਂ ਵੱਡੇ ਲੋਕਾਂ ਵਰਗੇ ਤਾਂ ਨਹੀਂ ਆ ਜਿਹੜੇ ਸ਼ਾਦੀ ਤੋਂ ਹਫ਼ਤਾ ਪਹਿਲਾਂ ਹੀ ਵੱਡੇ ਵੱਡੇ ਸਮਾਗਮ ਕਰਨੇ ਸ਼ੁਰੂ ਕਰ ਦਿੰਦੇ ਅਸੀਂ ਤਾਂ ਅਜੇ ਸਿਰਫ ਰਸਮੀ ਤੌਰ ਤੇ ਇਹ ਗੱਲ ਕੀਤੀ ਹੈ ਸ਼ਾਦੀ ਤਾਂ ਅਗਲੇ ਸਾਲ ਹੋਣੀ ਹੈ ਪੰਡਤ ਕਹਿੰਦਾ ਸਿਤਾਰੇ ਠੀਕ ਨਹੀਂ ਹੈ ਕਿ ਅਗਲੇ ਸਾਲ ਤੱਕ ਕੋਈ ਸ਼ੁਭ ਲਗਨ ਨਹੀਂ ਹੈ ਸ਼ਾਦੀ ਵਾਲੇ ਦਿਨ ਤਾਂ ਤੁਹਾਨੂੰ ਸਭ ਨੂੰ ਸੱਦਾਂਗੇ ਲਓ ਹੁਣ ਬਰਫੀ ਲੈ ਲਓ ਹਰੀ ਨੇ ਪੁੱਛਿਆ ਪਰ ਤੁਸੀਂ ਮਹਾਜਨ ਨੂੰ ਬਰਫੀ ਦੇ ਦੋ ਡੱਬੇ ਕਿਉਂ ਦਿੱਤੇ ਗੋਕਲ ਨੇ ਹਰੀ ਦੀ ਇਸ ਗੱਲ ਤੇ ਗੁੱਸੇ ਨਾਲ ਮੂੰਹ ਬਣਾਇਆ ਪਰ ਸ਼ਾਮ ਨੇ ਬਿਨਾਂ ੜਕਿਆਂ ਜਵਾਬ ਦਿੱਤਾ ਇੱਕ ਕੋਸਲੇ ਇੱਕ ਭੀਮ ਸੈਨਸੇਟ ਨੂੰ ਭੇਜਾਂਗੇ ਹਰੀ ਨੇ ਤਸੱਲੀ ਨਾਲ ਸਿਰ ਹਿਲਾਇਆ ਰਾਮਚੰਦ ਨੇ ਵੀ ਬਰਫੀ ਦੀ ਟੁਕੜੀ ਚੁੱਕ ਲਈ ਇਹ ਉਹਦੇ ਮੂੰਹ ਚ ਕੁਲ ਗਈ ਰਾਜੇਸ਼ ਛਾਲ ਮਾਰ ਕੇ ਖੜਾ ਹੋਇਆ ਤੇ ਕਹਿਣ ਲੱਗਾ ਸਮੋਸਿਆਂ ਤੇ ਚਾਹ ਬਿਨਾਂ ਗੱਲ ਨਹੀਂ ਬਣਨੀ ਇਹਨਾਂ ਦਾ ਇੰਤਜ਼ਾਮ ਮੈਂ ਕਰਦਾ ਇਸ ਗੱਲ ਤੇ ਸਾਰੇ ਜਣੇ ਖੁਸ਼ ਹੋ ਗਏ ਉਹ ਸਾਰੇ ਜਣੇ ਰਲ ਕੇ ਸਮੋਸੇ ਖਾਣਗੇ ਐਤਕੀ ਮਹਾਜਨ ਨੂੰ ਵੀ ਕਿਸੇ ਤਰ੍ਹਾਂ ਦਾ ਇਤਰਾਜ਼ ਕਰਨ ਦਾ ਮੌਕਾ ਨਹੀਂ ਮਿਲੇਗਾ ਆਖਰਕਾਰ ਸ਼ਾਦੀਆਂ ਬੜਾ ਪਵਿੱਤਰ ਕਾਰਜ ਹੁੰਦੀਆਂ ਹਨ ਤੇ ਛੇਤੀ ਸਭ ਜਣੇ ਖੁਸ਼ੀ-ਖੁਸ਼ੀ ਸਮੋਸੇ ਖਾ ਰਹੇ ਸਨ ਮਹਾਜਨ ਹਲਕਾ ਜਿਹਾ ਮੁਸਕਰਾਉਂਦਾ ਹੋਇਆ ਉੱਥੋਂ ਚਲਾ ਗਿਆ ਪਰ ਉਹ ਸਾਰੇ ਜਾਣਦੇ ਸੀ ਕਿ ਜੇ ਕੋਈ ਗਾਹਕ ਆ ਗਈ ਤਾਂ ਉਹਨਾਂ ਵਿੱਚੋਂ ਇੱਕ ਜਣੇ ਨੂੰ ਉੱਠਣਾ ਪਵੇਗਾ ਉਹ ਸਾਰੇ ਹੱਸਦੇ ਰਹੇ ਤੇ ਸ਼ਾਮ ਤੇ ਰਾਜੇਸ਼ ਨੂੰ ਵਧਾਈਆਂ ਦਿੰਦੇ ਰਹੇ ਸਿਰਫ ਚੰਦਰ ਹੀ ਚੁੱਪ ਤੇ ਇਕੱਲਾ ਰਿਹਾ ਬਾਅਦ ਵਿੱਚ ਜਦੋਂ ਭੁਰਚੂਰ ਸਾਫ਼ ਕੀਤਾ ਗਿਆ ਤੇ ਚਾਹ ਦੇ ਖਾਲੀ ਗਲਾਸ ਚਾਹ ਦੀ ਦੁਕਾਨ ਵਾਲਾ ਮੁੰਡੂ ਚੁੱਕ ਕੇ ਲੈ ਗਿਆ ਤੇ ਮੌਕੇ ਦਾ ਉਤਸ਼ਾਹ ਰਤਾਕੁ ਮੱਠਾ ਹੋ ਗਿਆ ਤਾਂ ਹਰੀ ਨੇ ਗੋਕਲ ਨੂੰ ਪੁੱਛਿਆ ਚੰਦਰ ਹਮੇਸ਼ਾ ਇੰਨਾ ਦੁਖੀ ਕਿਉਂ ਦਿਖਾਈ ਦਿੰਦਾ ਹੈ ਹੁਣ ਉਹ ਸਾਰੇ ਜਣੇ ਆਪੋ ਆਪਣੀਆਂ ਥਾਵਾਂ ਤੇ ਆ ਕੇ ਬੈਠ ਗਏ ਸਨ ਦੁਕਾਨ ਦੇ ਇੱਕ ਪਾਸੇ ਸ਼ਾਮ ਰਾਜੇਸ਼ ਤੇ ਚੰਦਰ ਬੈਠੇ ਸਨ ਦੂਜੇ ਪਾਸੇ ਰਾਮਚੰਦ ਹਰੀ ਤੇ ਗੋਕਲ ਹਰੀ ਨੇ ਨਿਸ਼ਚੇ ਨਾਲ ਕਿਹਾ ਮੇਰਾ ਮਤਲਬ ਹੈ ਘਟੋ ਘਟ ਜਦੋਂ ਤੁਸੀਂ ਠੰਡ ਦੇ ਦਿਨੀ ਬਰਫੀ ਤੇ ਸਮੋਸੇ ਖਾਣ ਦੇ ਨਾਲ ਨਾਲ ਗਰਮ ਗਰਮ ਚਾਹ ਪੀ ਰਹੇ ਹੋ ਤਾਂ ਬੰਦੇ ਨੂੰ ਖੁਸ਼ ਹੋਣਾ ਚਾਹੀਦਾ ਹੈ ਗੋਕਲ ਨੇ ਹਰੀ ਨੂੰ ਦੱਸਿਆ ਹਰ ਕੋਈ ਤੇਰੇ ਵਰਗਾ ਸੂਰ ਨਹੀਂ ਤੇਰੀ ਖੁਸ਼ੀ ਤਾਂ ਸਿਰਫ ਖਾਣ ਤੇ ਟਿਕੀ ਹੋਈ ਹੈ ਹਰੀ ਨੇ ਫਿਰ ਜਵਾਬ ਦਿੱਤਾ ਤੇ ਇਸ ਗਲਤ ਕੀ ਹੈ ਮੈਂ ਤਾਂ ਸਮਝਦਾ ਜ਼ਿੰਦਗੀ ਬਹੁਤ ਛੋਟੀ ਹੈ ਇਹ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਏ ਇਸ ਲਈ ਬਸ ਖਾਓ ਸੋਵੋ ਫਿਲਮਾਂ ਦੇਖੋ ਮौज-ਮੇਲ ਲਿਆ ਕਰੋ ਜਦੋਂ ਤੱਕ ਕਰ ਸਕਦੇ ਹੋ ਚੰਦਰ ਨੂੰ ਹੋਰ ਕੀ ਚਾਹੀਦਾ ਉਸ ਕੋਲ ਤਾਂ ਨੌਕਰੀ ਹੈ ਨਾ ਖਾਣ ਲਈ ਚੋਖੇ ਪੈਸੇ ਹਨ ਨਹੀਂ ਫਿਰ ਗੋਕੁਲ ਨੇ ਸਿਆਣਪ ਨਾਲ ਕਿਹਾ ਤੂੰ ਹਾਲੇ ਛੋਟਾ ਹੈ ਹਰੀ ਤੈਨੂੰ ਜ਼ਿੰਦਗੀ ਦਾ ਕੁਝ ਨਹੀਂ ਪਤਾ ਚੰਦਰ ਦੇ ਘਰ 'ਚ ਬਹੁਤ ਵੱਡੀਆਂ ਸਮੱਸਿਆਵਾਂ ਹਨ ਜੇ ਬੰਦੇ ਦਾ ਪਰਿਵਾਰਕ ਜੀਵਨ ਠੀਕ ਨਾ ਹੋਵੇ ਤਾਂ ਕਿਸੇ ਨੌਕਰੀ ਜਾਂ ਹੋਰ ਚੀਜ਼ਾਂ ਦਾ ਕੀ ਲਾਭ ਹਰੀ ਨੇ ਇਸ ਵੱਲ ਧਿਆਨ ਦਿੱਤਾ ਤੇ ਕਹਿਣ ਲੱਗਾ ਗੋਕੁਲ ਭਈਆ ਮੇਰਾ ਪਰਿਵਾਰਕ ਜੀਵਨ ਵੀ ਬਹੁਤਾ ਚੰਗਾ ਨਹੀਂ ਹੈ ਮੇਰਾ ਬਾਪਸਾ ਦਾ ਮੈਨੂੰ ਝਿੜਕਦਾ ਰਹਿੰਦਾ ਹੈ ਮੇਰੀ ਮਾਂ ਮੇਰੇ ਮਗਰ ਪਈ ਰਹਿੰਦੀ ਹੈ ਗੋਕੁਲ ਨੇ ਕਿਹਾ ਹਰੀ ਮੂਰ ਰੱਖਣਾ ਪੜ। ਤੇਰਾ ਪਿਤਾ ਤੈਨੂੰ ਉਦੋਂ ਹੀ ਝਿੜਕਦਾ ਜਦੋਂ ਤੂੰ ਐਤਵਾਰ ਨੂੰ ਇੱਕ ਦੀ ਥਾਂ ਦੋ ਫਿਲਮਾਂ ਦੇਖਣ ਦੀ ਕੋਸ਼ਿਸ਼ ਕਰਦਾ ਹੈ। ਜਿੱਥੋਂ ਤੱਕ ਤੇਰੀ ਮਾਂ ਦਾ ਸਵਾਲ ਹੈ ਇਹ ਕਹਿਣਾ ਬੜਾ ਗਲਤ ਹੈ ਕਿ ਤੇਰੀ ਮਾਂ ਤੇਰੇ ਮਗਰ ਪਈ ਰਹਿੰਦੀ ਹੈ। ਜਦਕਿ ਉਹ ਤੈਨੂੰ ਹਰ ਰੋਜ਼ ਖਾਣਾ ਬਣਾ ਕੇ ਦਿੰਦੀ ਹੈ ਤੇ ਅਣਤੋਤੇ ਕੱਪੜਿਆਂ 'ਚ ਤੈਨੂੰ ਦੁਕਾਨ ਤੇ ਨਹੀਂ ਆਉਣ ਦਿੰਦੀ। ਰਾਮਚੰਦ ਇਸ ਗੱਲ ਤੇ ਰਤਕ ਉਦਾਸ ਹੋ ਗਿਆ। ਗੋਕੁਲ ਨੇ ਆਪਣੀ ਗੱਲ ਜਾਰੀ ਰੱਖੀ ਮੂਰਖਾ ਇਹ ਪਰਿਵਾਰਕ ਸਮੱਸਿਆਵਾਂ ਨਹੀਂ ਹੈ ਕਿ ਮੇਰੀ ਲక్ష్ਮੀ ਮੇਰੇ ਨਾਲ ਲੜਾਈ ਨਹੀਂ ਕਰਦੀ ਤੇ ਕੀ ਮੇਰਾ ਮੁੰਨਾ ਸਾਰੀ ਸਾਰੀ ਰਾਤ ਬਿਨਾਂ ਕਾਰਨ ਹੀ ਰੋਂਦਾ ਨਹੀਂ ਰਹਿੰਦਾ ਹਰੀ ਇਹ ਸਾਰਾ ਕੁਝ ਹਰੇਕ ਪਰਿਵਾਰ ਚ ਹੁੰਦਾ ਹੈ ਪਰ ਚੰਦਰ ਦੀਆਂ ਸਮੱਸਿਆਵਾਂ ਗੰਭੀਰ ਹਨ ਕਿਹੜੀਆਂ ਸਮੱਸਿਆਵਾਂ ਹਰੀ ਨੇ ਬਹੁਤ ਹੀ ਉਤਸੁਕਤਾ ਨਾਲ ਪੁੱਛਿਆ ਗੋਕੁਲ ਨੇ ਗੋਲਮੋਲ ਗੱਲ ਕੀਤੀ ਉਹਦੀ ਬੀਵੀ ਚੰਗੀ ਔਰਤ ਨਹੀਂ ਰਾਮਚੰਦ ਨੂੰ ਉਹ ਗਾਲਾਂ ਕੱਢਣ ਵਾਲੀ ਔਰਤ ਚੇਤੇ ਆ ਗਈ ਜਿਹੜੀ ਚੰਦਰ ਦੀ ਬੀਵੀ ਸੀ ਪਰ ਉਹਨੂੰ ਨਾਲ ਹੀ ਉਹ ਔਰਤ ਵੀ ਚੇਤੇ ਆਈ ਜਿਹੜੀ ਚੰਦਰ ਦੇ ਘਰ ਇੱਕ ਕੋਨੇ 'ਚ ਦੁੱਕੀ ਬੈਠੀ ਸੀ ਮਤਲਬ ਰਾਮਚੰਦ ਨੇ ਢਿੱਲੇ ਜੇ ਢੰਗ ਨਾਲ ਪੁੱਛਿਆ ਗੋਕੁਲ ਨੇ ਜਲਦੀ ਨਾਲ ਕਿਹਾ ਨਹੀਂ ਨਹੀਂ ਹੋਰ ਮਰਦਾਂ ਦਾ ਕੋਈ ਮਾਮਲਾ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੇ ਇਸ ਤਰ੍ਹਾਂ ਹੁੰਦਾ ਤਾਂ ਸਾਨੂੰ ਸਭ ਨੂੰ ਪਤਾ ਲੱਗ ਜਾਣਾ ਸੀ ਘੱਟੋ ਘੱਟ ਹੁਣ ਤੱਕ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਪਰ ਇਸ ਤਰ੍ਹਾਂ ਦੀ ਔਰਤਾਂ ਦਾ ਕੀ ਪਤਾ ਲੱਗਦਾ ਮੈਂ ਉਸ ਬਾਰੇ ਇਸ ਤਰ੍ਹਾਂ ਦੀ ਕੋਈ ਗੱਲ ਫੈਲਾਉਣਾ ਨਹੀਂ ਚਾਹੁੰਦਾ ਪਰ ਜਦੋਂ ਹੁਣ ਤੂੰ ਪੁੱਛ ਹੀ ਲਿਆ ਤਾਂ ਮੈਂ ਤੈਨੂੰ ਦੱਸਦਾ ਕੁਝ ਸਮੇਂ ਲਈ ਨਾਟਕੀ ਚੁੱਪ ਰਹੀ ਤੇ ਫਿਰ ਗੋਕੁਲ ਨੇ ਕਿਹਾ ਉਹ ਸ਼ਰਾਬ ਪੀਂਦੀ ਹੈ ਖਰੀਦਾ ਮੂੰਹ ਖੁੱਲਾ ਰਹਿ ਗਿਆ ਸ਼ਰਾਬ ਪੀਣੀ ਤਾਂ ਵੈਸੇ ਵੀ ਮਾੜੀ ਗੱਲ ਸੀ ਪਰ ਕਿਸੇ ਔਰਤ ਦਾ ਸ਼ਰਾਬ ਪੀਣਾ ਇਸ ਤੋਂ ਬਿਨਾਂ ਉਹਨੂੰ ਦੇਖ ਕੇ ਐਸੀ ਕੋਈ ਗੱਲ ਨਹੀਂ ਲੱਭਦੀ ਜਿੱਤੋਂ ਪਤਾ ਲੱਗੇ ਕਿ ਉਹ ਕਿਸੇ ਇੱਜ਼ਤ ਵਾਲੇ ਪਰਿਵਾਰ ਦੀ ਔਰਤ ਹੈ ਨਾ ਤਾਂ ਹਰ ਰੋਜ਼ ਨਾ ਹੁੰਦੀ ਹੈ ਨਾ ਪੂਜਾ ਕਰਦੀ ਹੈ ਨਾ ਆਪਣੇ ਵਾਲਾਂ 'ਚ ਸੰਧੂਰ ਲਾਉਂਦੀ ਹੈ ਸੰਧੂਰ ਤੱਕ ਹੀ ਉਹ ਤਾਂ ਆਪਣੇ ਵਾਲਾਂ 'ਚ ਕੰਗੀ ਵੀ ਨਹੀਂ ਫੇਰਦੀ। ਬਸ ਘੁੰਮਦੀ ਰਹਿੰਦੀ ਐ। ਜਿਹੜੀ ਉਹ ਭਾਸ਼ਾ ਵਰਤਦੀ ਐ ਤੋਬਾ ਤੋਬਾ। ਮੈਨੂੰ ਚੰਦਰ ਤੇ ਬਹੁਤ ਤਰਸ ਆਉਂਦਾ। ਪਰ ਜਦੋਂ ਉਹਨੇ ਸ਼ਾਦੀ ਕੀਤੀ ਸੀ ਤਾਂ ਇਸ ਤਰ੍ਹਾਂ ਦੀ ਨਹੀਂ ਸੀ। ਮੈਂ ਜਾਣਦਾ ਕਿਉਂਕਿ ਮੈਂ ਇਲਾਕੇ ਦੇ ਆਲੇ-ਦੁਆਲੇ ਦੇ ਲੋਕਾਂ ਤੋਂ ਬਹੁਤ ਕੁਝ ਸੁਣਿਆ ਹੋਇਆ। ਸ਼ਾਦੀ ਤੋਂ ਬਾਅਦ ਉਹ ਬਦਲ ਗਈ। ਕੁਝ ਲੋਕ ਕਹਿੰਦੇ ਆਂ ਵੀ ਉਹ ਪਾਗਲ ਐ। ਖਬਰੇ ਉਹਦਾ ਗਰਭਪਾਤ ਹੋ ਗਿਆ ਸੀ ਜਾਂ ਗਰਭਪਾਤ ਕਰਵਾਉਣ ਗਈ ਸੀ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਹੋਈ ਸੀ ਤੇ ਫਿਰ ਉਹ ਪਾਗਲ ਹੋ ਗਈ। ਪਰੇ ਕਿਵੇਂ ਹੋ ਸਕਦਾ ਹੈ ਗਰਭਪਾਤ ਵਰਗੀਆਂ ਗੱਲਾਂ ਤਾਂ ਸਾਰੀਆਂ ਔਰਤਾਂ ਨਾਲ ਵਾਪਰਦੀਆਂ ਜੇ ਉਹ ਸਾਰੀਆਂ ਇਸੇ ਤਰ੍ਹਾਂ ਕਰਨ ਲੱਗਣ ਤਾਂ ਸਾਡਾ ਇਹ ਸਮਾਜ ਕਿਸ ਤਰ੍ਹਾਂ ਬਣ ਜਾਏਗਾ ਹਰੀ ਹੁਣ ਸ਼ਾਂਤ ਦਿਖਾਈ ਦਿੰਦਾ ਸੀ ਗੋਕਲ ਨੇ ਕਿਹਾ ਗੱਲ ਇੱਥੇ ਖਤਮ ਨਹੀਂ ਹੋ ਜਾਂਦੀ ਉਹ ਚੰਦਰ ਲਈ ਵੱਡੀਆਂ ਮੁਸ਼ਕਲਾਂ ਪੈਦਾ ਕਰਦੀ ਹੈ ਜਿਹਨੂੰ ਜੀ ਕਰੇ ਉਹਦੀ ਬੇਇੱਜ਼ਤੀ ਕਰ ਦਿੰਦੀ ਹੈ ਕਦੇ-ਕਦੇ ਤਾਂ ਪੂਰੀ ਸ਼ਰਾਬਨ ਹੋ ਕੇ ਗਲੀਆਂ 'ਚ ਤੁਰੇ ਜਾਂਦੇ ਅਜਨਬੀਆਂ ਨੂੰ ਰੋਕ ਲੈਂਦੀ ਹੈ ਕਹਿੰਦੀ ਹੈ ਉਹਨਾ ਉਹਦੇ ਪੈਸੇ ਦੇਣੇ ਹੈ ਤੇ ਜਦੋਂ ਕੋਈ ਆਪਣੇ ਘਰ ਦੇ ਨੇੜੇ ਹਨੂਮਾਨ ਮੰਦਿਰ ਦੇ ਪੰਡਤ ਨੂੰ ਵੇਖ ਲੈਂਦੀ ਹੈ ਤ ਉਹਨੂੰ ਦੋਗਲਾ ਕਹਿ ਕੇ ਗਾਲਾਂ ਕੱਢਦੀ ਹੈ ਤੇ ਉਸ ਵੱਲ ਪੱਥਰ ਸੁੱਟਣ ਦਾ ਬਹਾਨਾ ਕਰਦੀ ਹੈ ਤੁਹਾਨੂੰ ਪਤਾ ਹੈ ਜਿਵੇਂ ਅਸੀਂ ਆਵਾਰਾ ਕੁੱਤੇ ਨੂੰ ਡਰਾਉਣ ਲਈ ਕਰਦੇ ਹਾਂ ਹੁਣ ਮੈਨੂੰ ਇਹ ਦੱਸ ਕਿ ਚੰਦਰ ਖੁਸ਼ ਕਿਵੇਂ ਰਹਿ ਸਕਦਾ ਹੈ ਔਰਤ ਨੂੰ ਆਪਣੀ ਥਾਂ ਦਾ ਪਤਾ ਹੋਣਾ ਚਾਹੀਦਾ ਹੈ ਹੋ ਸਕਦਾ ਉਹਨੂੰ ਕੁਝ ਮੁਸ਼ਕਲਾਂ ਆਈਆਂ ਹੋਣ ਉਹਨੂੰ ਕੁਝ ਸਮੱਸਿਆਵਾਂ ਵੀ ਹੋਣ ਪਰ ਔਰਤ ਦਾ ਇਹ ਫਰਜ਼ ਵੀ ਤਾਂ ਹੈ ਨਾ ਕਿ ਸਭ ਤੋਂ ਪਹਿਲਾਂ ਆਪਣੇ ਪਤੀ ਤੇ ਘਰ ਦੀ ਦੇਖਭਾਲ ਕਰੇ ਤੇ ਉਸ ਤੋਂ ਬਾਅਦ ਹੀ ਆਪਣੇ ਬਾਰੇ ਸੋਚੇ ਹਰੀ ਇਹ ਸਭ ਕਾਸੇ ਨੂੰ ਬੜੇ ਧਿਆਨ ਨਾਲ ਸੁਣ ਰਿਹਾ ਸੀ ਰਾਮਚੰਦ ਚੁੱਪਚਾਪ ਬੈਠਾ ਸੁਣਦਾ ਜਾ ਰਿਹਾ ਸੀ ਤੇ ਜਿਹਾ ਕਰਦੇ ਹੋਏ ਉਹਨੂੰ ਚੰਦਰ ਦੀ ਪਤਨੀ ਦੇ ਚਿਹਰੇ ਤੇ ਉਕਰੇ ਹੋਏ ਉਂਗਲਾਂ ਦੇ ਲਾਲ ਨਿਸ਼ਾਨ ਵੀ ਚਿੱਤੇ ਆ ਰਹੇ ਸਨ ਗੋਕਲ ਨੇ ਕਿਹਾ ਤੇ ਕੁਝ ਲੋਕ ਕਹਿੰਦੇ ਐ ਕਿ ਕੁਝ ਵੀ ਗਲਤ ਨਹੀਂ ਉਹ ਤਾਂ ਸਿਰਫ ਭੈੜੀ ਔਰਤ ਹੈ ਔਰਤ ਦੇ ਰੂਪ ਚ ਸ਼ੈਤਾਨ ਹੈ ਆਨਗਵਾਨ ਦੀ ਔਰਤਾਂ ਆਪਣੇ ਬੱਚਿਆਂ ਤੇ ਖਾਸ ਕਰਕੇ ਗੋਦੀ 'ਚ ਖੇਡਦੇ ਬੱਚਿਆਂ ਨੂੰ ਉਹਦੀ ਭੈੜੀ ਨਜ਼ਰ ਤੋਂ ਬਚਾ ਕੇ ਰੱਖਦੀਆਂ। ਉਹ ਕਦੇ ਪ੍ਰਾਰਥਨਾ ਨਹੀਂ ਕਰਦੀ, ਇੱਥੋਂ ਤੱਕ ਕਿ ਮੁਸਕਰਾਉਂਦੀ ਤੱਕ ਨਹੀਂ। ਰਾਮਚੰਦ ਨੇ ਧੀਮੀ ਆਵਾਜ਼ 'ਚ ਪੁੱਛਿਆ, "ਉਹ ਮੁਸਕਰਾਉਂਦੀ ਕਿਉਂ ਨਹੀਂ?" ਗੋਕুল ਨੇ ਬੇਸਬਰੀ ਨਾਲ ਉਹਦੀ ਆਲੋਚਨਾ ਕਰਨ ਦੇ ਲਹਿਜੇ 'ਚ ਕਿਹਾ, "ਕਹਿੰਦੀ ਐ ਚੰਦਰ ਉਹਨੂੰ ਪੈਸੇ ਨਹੀਂ ਦਿੰਦਾ ਤੇ ਘਰ 'ਚ ਖਾਣ ਲਈ ਕੁਝ ਨਹੀਂ। ਉਹਨੂੰ ਤਾਂ ਲੋਕਾਂ ਦੇ ਘਰਾਂ 'ਚ ਸਫਾਈ ਕਰਨ ਜਾਂ ਰੋਟੀ ਪਕਾਉਣ ਦਾ ਕੰਮ ਹੀ ਨਹੀਂ ਮਿਲਦਾ।" ਉਹਦੀ ਜ਼ੁਬਾਨ ਬਹੁਤ ਭੈੜੀ ਐ। ਕਿਹੜਾ ਇੱਜ਼ਤਦਾਰ ਪਰਿਵਾਰ ਉਹਨੂੰ ਆਪਣੇ ਘਰ ਚ ਘਰ ਅੰਦਰ ਦਾਖਲ ਹੋਣ ਦੇਗਾ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਆ ਇਹ ਵਾਕਾ ਚੰਚੇ ਤੇ ਰਾਮਚੰਦ ਨੂੰ ਚੇਤੇ ਆ ਗਿਆ ਉਹਨੇ ਉਦਾਸੀ ਨਾਲ ਸੋਚਿਆ ਕਿ ਸ਼ਾਇਦ ਦੋ ਨਹੀਂ ਇਸ ਤੋਂ ਵੱਧ ਹੁੰਦੇ ਆ ਧੰਨਵਾਦ ਚਲਦਾ